ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਅਸਲਾਮੁ ਅਲੈਕੁਮ ਦੋਸਤੋ, ਕੀ ਹਾਲ ਚਾਲ ਨੇ? ਤੁਸੀਂ ਦੇਖਦੇ ਪਏ ਹੋ ਸਾਡਾ ਦੇਸ਼ ਸੱਚ ਐਨੀਮਲ ਟੀਵੀ ਯੂਟਿਊਬ ਚੈਨਲ। ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਨਾਜ਼ਮ। ਜਿੱਦਾਂ ਕਿ ਮੇਰਾ ਲਈ ਕੋਸ਼ਿਸ਼ ਕਰਨਾ ਹਰ ਰੋਜ਼ ਬਿਹਤਰੀਨ ਔਰ ਅੱਛੀ ਵੀਡੀਓ ਲੈ ਕੇ ਹਾਜ਼ਰ ਹੋਵਾਂ। ਇਸੇ ਤਰੀਕੇ ਅੱਜ ਫਿਰ ਭਾਈ ਅਬਦ ਕੋਲ ਆਇਆ, ਬੜਾ ਪਿਆਰਾ ਜਾਨਵਰ ਹੈ, ਬੜਾ ਲਾਜਵਾਬ ਜਾਨਵਰ ਦੋਸਤਾਂ, ਮੇਰਾ ਵਾਸਤੇ ਜੋੜਾ ਲੈ ਕੇ ਹਾਜ਼ਰ ਹੋਇਆ। ਅਗਰ ਵੀਡੀਓ ਪਸੰਦ ਆਵੇ ਚੈਨਲ ਨੂੰ ਸਬਸਕ੍ਰਾਈਬ ਕਰਨਾ, ਸ਼ੇਅਰ ਕਰਨਾ, ਕਮੈਂਟ ਕਰਨਾ ਨਹੀਂ ਦੋਸਤੋ ਭੁੱਲਣਾ। ਔਰ ਮੈਂ ਆਪਣੇ ਵੀਰਾਂ ਦੋਸਤਾਂ ਨੂੰ ਤਸੱਲੀ ਕਰਾਵਾਂਗਾ, ਮੇਰੇ ਵੀਰਾਂ ਨੇ ਪਹਿਲੇ ਨੰਬਰ 'ਤੇ ਵੇਖਣੀ ਹੈ ਪਿਓਰ ਚੁਲਸਤਾਨੀ ਫਰੀਜ਼ਨ। ਮਗਰ ਵੱਛੀ ਵੇਖ ਲੈਣ, ਸੈਕਸੀਮਨ ਦੀ ਵੱਛੀ, ਮਾਸ਼ਾਅੱਲਾ ਇੱਕ ਦੀਆਂ ਦੋ ਗਾਵਾਂ ਨੇ, ਪਿਓਰ ਵੱਛੀ ਮਗਰ ਸੈਕਸੀਮਨ ਦੀ, ਔਰ ਪਿਓਰ ਚੁਲਸਤਾਨੀ ਅਤੇ ਫਰੀਜ਼ਨ ਦੋਸਤੋ। ਨਿੱਕਾ ਨਿੱਕਾ ਕਰਮਾਲੀ ਨੇ ਸਿੰਘ ਰੱਖਿਆ ਹੈ, ਮਾਸ਼ਾਅੱਲਾ ਇਹਨੂੰ ਕਹਿੰਦੇ ਨੇ ਪਿਓਰ ਚੁਲਸਤਾਨੀ ਫਰੀਜ਼ਨ। ਗੱਲਾਂ ਨਾਲ ਨਹੀਂ, ਰਿਜਨਲ ਪਿਓਰ ਚੁਲਸਤਾਨੀ ਅਤੇ ਫਰੀਜ਼ਨ ਦੋਸਤੋ। ਮਾਸ਼ਾਅੱਲਾ ਚੰਗਾ ਕਦ ਕਾਠ ਹੈ, ਚੰਗੀ ਲਾਮ ਹੈ, ਚੰਗਾ ਸੋਹਣਾ ਸੁਥਰਾ ਜਾਨਵਰ ਮਾਸ਼ਾਅੱਲਾ। ਦੋਸਤਾਂ ਵੀਰਾਂ ਦੀ ਨਜ਼ਰ ਦੇ ਸਾਹਮਣੇ, ਕੋਈ ਵੀ ਦੋਸਤਾਂ ਵੀਰਾਂ ਦੀ ਨਜ਼ਰ ਤੋਂ ਓਝਲ ਨਹੀਂ। ਥਣ ਮੇਰੇ ਵੀਰਾਂ ਦੋਸਤਾਂ ਨੇ ਵੇਖਣਾ, ਆਪਣੀ ਲੋਕੇਸ਼ਨ 'ਤੇ ਚਾਰੇ ਥਣ ਖੜੇ ਨੇ, ਮੁੱਠ ਮੁੱਠ ਦਾ ਥਾਣੇ ਮਾਸ਼ਾਅੱਲਾ। ਚਾਰੇ ਥਾਣ ਆਪਣੀ ਆਪਣੀ ਲੋਕੇਸ਼ਨ 'ਤੇ ਖੜੇ ਨੇ ਮਾਸ਼ਾਅੱਲਾ, ਔਰ ਪਾਵਰ ਵਾਲਾ ਥਾਣੇ, ਔਰ ਮਾਸ਼ਾਅੱਲਾ ਮਸ਼ਕਾਂ ਦਾ ਆਰਡਰ ਕੁਆਲਿਟੀ ਕੀ ਹੁੰਦਾ ਹੈ, ਇਹ ਮੈਂ ਵੀਰਾਂ ਦੋਸਤਾਂ ਨੂੰ ਤਸੱਲੀ ਕਰਾਵਾਂਗਾ। ਇਹ ਮੇਰੇ ਵੀਰਾਂ ਦੋਸਤਾਂ ਨੇ ਤਸੱਲੀਆਂ ਕਰ ਲੈਣੀਆਂ ਨੇ ਮਾਸ਼ਾਅੱਲਾ। ਫਾੜਾ ਵਾਲਾ ਆਰਡਰ ਕੁਆਲਿਟੀ ਮਾਸ਼ਾਅੱਲਾ, ਔਰ ਪੂਰੀ ਚੱਪਾ ਚੱਪਾ ਪੱਟਾ ਜੋ ਬਾਹਰ ਨਿਕਲੀ ਫਿਰਦੀ। ਇਹ ਮੇਰੇ ਵੀਰ ਤਸੱਲੀਆਂ ਕਰ ਲੈਣ, ਛੱਡ ਕੇ ਟੋਰੀ ਭਾਈ ਇਕਬਾਲ ਉੱਥੇ ਬਾਅਦ ਥੋੜ੍ਹੀ ਜਿਹੀ ਤਸੱਲੀ ਕਰਾਈਏ, ਵੈਰੀ ਦੇ ਇੱਥੇ ਨੇੜਾ ਜਿਹਾ ਪੈਦਾ ਪਿਆ। ਇਹ ਮੇਰੇ ਵੀਰ ਵੇਖ ਲੈਣ ਮਾਸ਼ਾਅੱਲਾ ਫਸੀ ਫਿਰਦੀ ਹੈ, ਮਾਸ਼ਾਅੱਲਾ ਮਾਸ਼ਾਅੱਲਾ। ਗੱਲਾਂ ਨਾਲ ਨਹੀਂ, ਰਿਜਨਲ ਮਾਸ਼ਾਅੱਲਾ ਫਸੀ ਫਿਰਦੀ ਕਰਮਾਲੀ। ਇੱਥੇ ਰੋਕੀ, ਪੁੱਠੇ ਮੇਰੇ ਵੀਰ ਵੇਖ ਲੈਣ, ਮੱਝ ਵਾਲੇ ਪੁੱਠੇ ਲੱਗੇ ਨੇ ਕਰਮਾਲੀ ਨੂੰ। ਮਾਸ਼ਾਅੱਲਾ ਮੱਝ ਵਾਲਾ ਥਣ ਲੱਗਿਆ, ਮੱਝ ਵਾਲੀ ਲੱਤ ਲੱਗੀ ਕਰਮਾਲੀ ਨੂੰ, ਕਿਸੇ ਕਿਸਮ ਦਾ ਕੋਈ ਡਾਊਟ ਨਹੀਂ ਵੈੜੀ 'ਚ ਮਾਸ਼ਾਅੱਲਾ। ਨਵਾਬ ਵੈੜੀ ਦੋਸਤੋ, ਔਰ ਦੁੱਧ ਦੀ ਨਹਿਰ ਨਿਰੀ ਨਿਰਾ ਦੁੱਧ ਦੇ ਕਰਮਾਲੀ ਕੋਲ। ਔਰ ਇਹ ਮੇਰੇ ਵੀਰਾਂ ਦੋਸਤਾਂ ਨੇ ਮਾਸ਼ਾਅੱਲਾ ਆਰਡਰ ਕੁਆਲਿਟੀ ਚੈੱਕ ਕਰ ਲੈਣਾ, ਪਾਵਰ ਵਾਲਾ ਥਣ, ਔਰ ਮਾਸ਼ਾਅੱਲਾ ਫੜਾ ਵਾਲਾ ਹਵਾਨਾ, ਔਰ ਥੱਬਿਆਂ ਦਾ ਆਰਡਰ ਕੁਆਲਿਟੀ ਦੋਸਤਾਂ ਵੀਰਾਂ ਦੀ ਨਜ਼ਰ ਦੇ ਸਾਹਮਣੇ, ਕੋਈ ਵੀ ਦੋਸਤਾਂ ਵੀਰਾਂ ਦੀ ਨਜ਼ਰ ਤੋਂ ਜਲਣੀ ਚੀਜ਼। ਮਾਸ਼ਾਅੱਲਾ ਮਾਸ਼ਾਅੱਲਾ, ਇਹ ਮੇਰੇ ਵੀਰਾਂ ਨੇ ਵੇਖ ਲੈਣਾ ਮਾਸ਼ਾਅੱਲਾ ਥੱਬਿਆਂ ਦਾ ਆਰਡਰ ਕੁਆਲਿਟੀ ਕਰਮਾਲੀ ਕੋਲ। ਔਰ ਇਹਦੀ ਲਾਈਵ ਚਵਾਈ ਕਰਾਵਾਂਗਾ, ਉੱਪਰੋਂ ਬਿਲਕੁਲ ਪੱਧਰ ਪਈ ਹੈ ਮਗਰ ਵੱਛੀ, ਉੱਪਰੋਂ ਬਿਲਕੁਲ ਪੱਧਰ ਪਈ ਹੈ ਫੁੱਲ ਕ੍ਰਾਸ 'ਚ। ਇਹ ਮੇਰਾ ਵੀਰਾ ਦੋਸਤਾਂ ਨੇ ਵੇਖ ਲੈਣਾ, ਕੋਈ ਬੰਨ ਨਹੀਂ, ਕੋਈ ਕੁਛ ਨਹੀਂ। ਔਰ ਮਗਰ, ਔਰ ਦੂਸਰੇ ਨੰਬਰ 'ਤੇ ਵੀਰਾ ਦੋਸਤਾਂ ਨੂੰ ਮੈਂ ਵਿਖਾਵਾਂਗਾ ਪਿਓਰ ਚੁਲਸਤਾਨੀ। ਪਿਓਰ ਚੁਲਸਤਾਨੀ ਕੀ ਹੁੰਦੀ ਹੈ? ਗੱਬਰ ਹੈ ਦੋਸਤੋ, ਪਿਓਰ ਰਿਆਸਤ ਦੀ ਗਾਂ। ਭਾਈ ਅਬਾਲਿਆ ਬਾਹਰ ਲੈ ਚੱਲ, ਇੱਥੇ ਨੇਰੇ 'ਚ ਸਵਾਰ ਨਹੀਂ ਦਿਸਣੀ। ਇਹ ਮੇਰੇ ਵੀਰ ਵੇਖ ਲੈਣ, ਠੱਪਾ ਲੱਗਿਆ ਆ ਰੇਗਿਸਤਾਨ ਦਾ, ਇਹ ਮੇਰੇ ਵੀਰ ਚੁਲਸਤਾਨ ਦਾ ਵਾਜ਼ਾ ਨਜ਼ਰ ਆ ਰਿਹਾ ਹੈ। ਔਰ ਮੈਂ ਆਪਣੇ ਵੀਰਾਂ ਦੋਸਤਾਂ ਨੂੰ ਪੂਰੀ ਗਾਂ ਦੀ ਤਸੱਲੀ ਕਰਾਵਾਂਗਾ। ਮੇਰੇ ਵੀਰਾਂ ਨੇ ਵੇਖ ਲੈਣਾ, ਬਿਲਕੁਲ ਕੱਚਾ ਹਵਾਨਾ ਪਿਆ। ਇਹ ਮੇਰੇ ਵੀਰ ਵੇਖ ਲੈਣ, ਅੰਦਰ ਨੇਰਾ ਜਿਹਾ ਪੈਂਦਾ ਸੀ, ਬਿਲਕੁਲ ਕੱਚਾ ਹਵਾਨਾ ਪਿਆ। ਔਰ ਇਹਨੇ ਥੱਬਿਆਂ ਦਾ ਆਰਡਰ ਕੁਆਲਿਟੀ ਬਣਾਉਣਾ। ਇਹ ਮੇਰੇ ਵੀਰਾਂ ਨੇ ਤਸੱਲੀਆਂ ਕਰ ਲੈਣੇ ਨੇ, ਇੱਕ ਮਿੰਟ ਰੋਕੀ ਭਾਈ ਅਬਦ। ਇਹ ਮੇਰੇ ਵੀਰ ਵੇਖ ਲੈਣ ਮਾਸ਼ਾਅੱਲਾ, ਚੰਗਾ ਥਾਣੇ, ਔਰ ਝਾਲਰ ਵੇਖ ਲੈਣ, ਚੰਗਾ ਸੁਥਰਾ ਥਣ ਮਾਸ਼ਾਅੱਲਾ। ਔਰ ਮਾਸ਼ਾਅੱਲਾ ਚੋਲਸਤਾਨੀ ਗਾਂ ਨਾ ਆਵੇ, ਰੇਵੜ ਦੀ ਗਾਂ ਨਾ ਆਵੇ, ਭਾਈ ਅਬਦ ਇੱਕ ਦੀਆਂ ਦੋ ਗਾਵਾਂ ਦਊ। ਠੀਕ ਹੋ ਗਿਆ, ਇੱਕ ਮਿੰਟ ਰੋਕੀ ਭਾਈ ਅਬਦ। ਇੱਥੇ ਭਾਈ ਅਬਦ ਦੀ ਗੱਲ ਸੁਣ ਲੈਣੀ ਮੇਰੇ ਵੀਰਾਂ ਨੇ। ਭਾਈ ਅਬਦ ਨੇ ਕਿਹਾ ਰੇਵੜ ਦੀ ਗਾਂ ਨਾ ਆਵੇ, ਪਿਓਰ ਚੋਲਸਤਾਨੀ ਗਾਂ ਨਾ ਆਵੇ, ਤੇ ਇੱਕ ਦੀਆਂ ਦੋ ਗਾਵਾਂ ਦੇਗਾ, ਦੋ ਗਾਵਾਂ ਦਊਂਗਾ। ਇਹ ਮੇਰੇ ਵੀਰਾਂ ਨੇ ਤਸੱਲੀਆਂ ਕਰ ਰਹੇ, ਝਾਲਰ ਵੇਖਣੀ, ਸਿੰਘ ਵੇਖਣਾ, ਰੰਗ ਵੇਖਣਾ, ਪ੍ਰਿੰਟ ਵੇਖਣਾ, ਲੱਤ ਵੇਖਣੀ, ਥਣ ਵੇਖਣਾ ਗਾਂ ਦਾ ਕਿਸੇ ਪਾਸੋਂ, ਕੋਈ ਮੇਰਾ ਵੀਰ ਕੱਢ ਤੇ, ਔਰ ਥੱਪਾ ਮੋਹਰ ਲੱਗੀ ਹੋਈ ਹੈ ਆਪਣਾ ਚੋਲਸਤਾਨ ਦੀ। ਮਾਸ਼ਾਅੱਲਾ ਇਹਨੇ ਜਦੋਂ ਆ ਹਵਾਨਾ ਭਰਨਾ, ਇਹਦੇ ਕੋਲੋਂ ਲੈ ਕੇ ਟੁਰਿਆ ਨਹੀਂ ਜਾਣਾ ਦੋਸਤੋ, ਚੰਗਾ ਆਰਡਰ ਕੁਆਲਿਟੀ ਬਣਾਉਣਾ ਹੈ। ਔਰ ਪਿਓਰ ਰਿਆਸਤੀ ਗਾਂ ਇਹਨੂੰ ਕਹਿੰਦੇ ਨੇ, ਬਿਲਕੁਲ ਬਿਲਕੁਲ ਮੂੰਹ ਦਿਖਾਵਾਂਗੇ। ਮੈਂ ਨਾ ਪਹਿਲਾਂ ਚੁਆਈ ਕਰਾਓ,
ਵੀਡੀਓ ਲੰਮੀ ਹੁੰਦੀ ਵੀ ਬੱਚਾ ਲਾਓ ਲਾਓ ਬੱਚਾ ਲਾਓ ਮਾਸ਼ਾਅੱਲਾ ਮੇਰੇ ਵੀਰ ਵੇਖ ਲੈਣ ਮਗਰ ਇਹਦੇ ਬੱਛੀ ਹੈ ਦੋਸਤੋ ਪਿਆਲ ਪਿਓਰ ਲਾਣਾ ਚਾਹੇ ਲਾ ਵੀ ਲਵਾਂਗੇ ਬਿਲਕੁਲ ਜੀ ਪਿਓਰ ਜਿਹੜੀ ਹੈ ਨਾ ਆਪਣਾ ਬੱਛੀ ਹੈ ਸੈਕਸੀਮਨ ਦੀ ਮਾਸ਼ਾਅੱਲਾ ਔਰ ਆਪ ਜਿਹੜੀ ਹੈ ਉਹ ਚੁਲਸ ਤਾਂ ਨਹੀਂ ਫਰੀਦਣੇ ਕਿਸੇ ਨੇ ਸ਼ੌਕ ਨਾਲ ਵੀਰ ਖਾਇਆ ਸੀ ਮਾਸ਼ਾਅੱਲਾ ਮਾਸ਼ਾਅੱਲਾ ਮੇਰੇ ਵੀਰ ਵੇਖ ਲੈਣ ਹਵਾਨੇ 'ਚ ਵੱਧ ਅਨਾੜਾਂ ਨਜ਼ਰ ਆਈ ਜਾਂਦੀਆਂ ਮੇਰੇ ਵੀਰਾਂ ਨੇ ਸਮਾਹ ਵੇਖ ਲੈਣਾ ਕਰਮਾਂ ਦਾ ਮਾਸ਼ਾਅੱਲਾ ਮਾਸ਼ਾਅੱਲਾ ਹੈ ਹੀ ਦੁੱਧ ਵਾਲੀ ਚਲੋ ਚਲੋ ਜੀ ਇਹਨੂੰ ਕਹਿੰਦੇ ਨੇ ਪੂਲੇ ਰੰਗੀ ਤਾਰ ਚਲੋ ਜੀ
ਮਾਸ਼ਾਅੱਲਾ 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 ਕਰਮਾਲੀ ਨੇ ਦੋ ਥਣਾਂ 'ਚ ਬਾਲਟੀ ਲਿਵੇ ਲਾ ਦਿੱਤੀ ਮਾਸ਼ਾਅੱਲਾ ਔਰ ਜਿਵੇਂ ਚੁੱਪਦੀ ਜਾਂਦੀ ਹਵਾ ਨਾ ਨਾਲ ਲਾਉਂਦੀ ਜਾਂਦੀ ਮਾਸ਼ਾਅੱਲਾ ਮਾਸ਼ਾਅੱਲਾ ਹੈ ਹੀ ਬਰੀਕ ਹੈ ਸਾਰੀ ਬਰੀਕ ਕਾਂ ਪਈ ਮਾਸ਼ਾਅੱਲਾ ਚਲੋ ਚਲੋ ਅਗਰ ਪੁੱਤਰ ਆ ਗਈ ਪੁੱਤਰ ਆਇਆ ਅੱਗੇ ਆ ਕੇ ਬਹਿ ਗਿਆ ਪੁੱਤਰ ਵੀ ਮੈਂ ਹੈਲਸ ਹੈ ਪੁੱਤਰ ਆ ਕੇ ਬਹੁਤ ਵਧੀਆ ਤਰਵਾਈ ਜਾਂਦਾ ਤੂੰ ਮਾਸ਼ਾਅੱਲਾ ਹਵਾਨਾ ਨਾਲ ਲਾਉਂਦੀ ਜਾਂਦੀ ਚੱਲ ਬਸ ਕਰ ਛੱਡ ਦੇ ਛੱਡ ਦੇ ਛੱਡ ਦੇ ਬੋਲ ਲਓ ਜੀ ਦੋ ਥਣਾਂ ਦਾ ਆ ਤੇ ਦੋ ਥਣਾਂ ਦਾ ਆ ਮਾਸ਼ਾ ਬਿਲਕੁਲ ਜੀ ਮਾਸ਼ਾ ਅੱਲਾ ਮਾਸ਼ਾ
ਮਾਰ ਲਈ ਪਾਜਾ। ਆ ਮੇਰੇ ਵੀਰ ਵੇਖ ਲੈ ਦੁੱਧ ਵੀ ਸਫੈਦ ਦੋਸਤੋ ਮੱਝਾਂ ਰੰਗਾ, ਜੇ ਮੱਝਾਂ ਵਰਗਾ ਦੁੱਧ ਨਾ ਆਵੇ ਤਾਂ ਵੀ ਜ਼ਿੰਮੇਵਾਰੀ, ਬਿਲਕੁਲ ਮੱਝਾਂ ਰੰਗਾ ਮਾਸ਼ਾ ਅੱਲਾਹ। ਇੱਕ ਦੋ ਤਿੰਨ ਚਾਰ ਪੰਜ ਜੀ, ਪੰਜ ਛੇ ਛੇ ਸੱਤ ਸੱਤ ਅੱਠ ਅੱਠ ਨੌ ਜੀ ਦਸ ਦਸ ਗਿਆਰਾਂ ਜੀ ਮਾਸ਼ਾ ਬਾਰਾਂ ਜੀ ਮਾਸ਼ਾ ਭਾਅ ਜੀ ਸਾਢੇ ਬਾਰਾਂ ਕਿਲੋ, ਤੁਸੀਂ ਬਾਰਾਂ ਕਿਲੋ ਲਾਉਣਾ, ਬਾਰਾਂ ਕਿਲੋ ਹੀ ਲਾਓ। ਇਹ ਮੇਰੇ ਵੀਰ ਵੇਖ ਲੈ ਬਾਰਾਂ ਕਿਲੋ ਦੁੱਧ ਹੈ ਦੋਸਤੋ, ਔਰ ਬਾਕੀ ਮਾਸ਼ਾਅੱਲਾ ਮੇਰੇ ਵੀਰਾਂ ਨੇ ਹਵਾਨਾ ਚੈੱਕ ਕਰਨਾ, ਬਿਲਕੁਲ ਨਿਚੋੜ ਕਰ ਗਈ ਮਾਸ਼ਾ, ਬਿਲਕੁਲ ਨਿਚੋੜ ਕਰ ਗਈ। ਬਾਕੀ ਜਿਹੜੀ ਗੱਲਬਾਤ ਹੈ ਉਹ ਕਰ ਲੈਣਾ ਭਾਈਆ ਵਧਣਾ, ਆ ਜਾਓ ਜੀ। ਰੇਵੜ ਦੀ ਗਾਂ ਵਾ, ਠੀਕ ਹੋ ਗਿਆ ਜੀ, ਪਿਓਰ ਚੋਲਸਤਾਨੀ ਗਾਂ ਵਾ, ਬਿਲਕੁਲ। ਅਗਰ ਇਹਨਾਂ ਦੋਨਾਂ ਗੱਲਾਂ ਚ ਹੋਵੇ ਫਰਕ, ਠੀਕ ਹੋ, ਠੱਪੇ ਲੱਗੇ ਹੋਏ ਆ, ਭਾਈ ਆਪ ਦੀ ਜ਼ਿੰਮੇਵਾਰੀ ਹੈ, ਠੀਕ ਹੋ ਗਿਆ। ਅੱਗੇ ਵੀ ਕਿਹਾ ਕਿ ਅਗਰ ਹੋਵੇ ਕੋਈ ਫਰਕ ਤੇ ਇੱਕ ਦੀਆਂ ਦੋ ਗਾਵਾਂ ਦੋਵਾਂ, ਅੱਛਾ ਬੰਦਾ ਆ ਜਾਵੇ ਚੋਲਸਤਾਨੀ ਗਾਂ ਨਾ ਹੋਵੇ ਰੇਵੜ ਦੀ ਗਾਂ ਨਾ ਹੋਵੇ ਭਾਈ ਆਪਦੀ ਜ਼ਿੰਮੇਵਾਰੀ, ਠੀਕ ਹੋ ਗਈ। ਉਹਦੇ ਪਿੱਛੇ ਦੀ ਥਣਾਂ ਦੀ ਦੁੱਧ ਦੀ ਭਾਜੀ ਕੋਈ ਨੁਕਸੈਬ ਹੋਵੇ, ਥਣਾਂ 'ਚ ਵਾਧਾ ਘਾਟਾ ਹੋਵੇ, ਨੁਕਸੈਬ ਹੋਵੇ ਭਾਈ ਆਪਦ ਦੀ ਜ਼ਿੰਮੇਵਾਰੀ। ਦੁੱਧ ਦਾ ਕੀ ਰਿਕਾਰਡ ਸ਼ਿਕਾਰ ਭਾਜੀ? ਦੁੱਧ ਪਹਿਲੇ ਸੂਏ 18 ਕਿਲੋ, ਬੱਚੇ ਨੂੰ ਛੱਡ ਕੇ ਰੇਵੜ ਵਾਲੇ 18 ਕਿਲੋ ਰੇਵੜ ਵਾਲੀਆਂ ਗਾਵਾਂ ਦਾ ਬਹੁਤ ਦੁੱਧ ਹੁੰਦਾ, ਮੱਝਾਂ ਵਰਗਾ ਦੁੱਧ, ਮੱਝਾਂ ਵਰਗਾ ਦੁੱਧ ਹੁੰਦਾ, ਬਿਲਕੁਲ। 18 ਕਿਲੋ ਪਹਿਲੇ ਸੂਏ ਚੋਂ ਦਿੰਦੀ ਰਹੀ ਆ ਭਾਜੀ। ਐ ਕੀ ਦੂਸਰਾ ਸੂਆ ਜਨਮ ਸੂਆ, ਦੂਸਰਾ ਸੂਆ ਜਨਮ, ਠੀਕ ਹੋਇਆ। ਜਿਹੜੀ ਇਹ ਗਾਂ ਹੈ ਉਹ ਨਾ ਦੁੱਧੋਂ ਨਹੀਂ ਭਜਦੀਆਂ, ਮਸਾਂ ਹੀ ਮਹੀਨਾ ਹੋ ਗਿਆ ਉਹਨਾਂ ਛੱਡੀ ਨੂੰ, ਛੱਡੇ ਤੇ ਬਾਹਰ ਫਿਰਦੀਆਂ, ਤੇ ਬਾਹਰੋਂ ਫਿਰਦੀ ਮੈਂ ਲਿਆਂਦੀ ਆ, ਰੱਸਾ ਮੈਂ ਪਾ ਕੇ ਲਿਆਂਦਾ, ਠੀਕ ਹੋ ਹਾਂਜੀ, ਰੱਸਾ ਮੈਂ ਪਾ ਕੇ ਲਿਆਂਦਾ। ਅੱਛਾ ਭਾਈ ਆਪ ਜਿਹੜੀ ਇਹ ਗਾਂ ਹੈ, ਹਾਂਜੀ, ਇਹਦੇ ਪਿੱਛੇ ਦੀ ਥਣਾਂ ਦੀ ਭਾਜੀ ਸਿਰ ਤੋਂ ਲੈ ਕੇ ਪੈਰਾਂ ਤੇ ਕੋਈ ਨੁਕਸਾਨ ਹੋਵੇ ਭਾਈ ਆਪ ਦੀ ਜ਼ਿੰਮੇਵਾਰੀ ਆ। ਅੱਛਾ ਤੇ ਦੁੱਧ ਚਸ ਵਾਲੀ ਗਾਂ ਦੁੱਧ, ਮਾਸ਼ਾਅੱਲਾ ਮਾਸ਼ਾਅੱਲਾ, ਜਿੰਨਾ ਪਾਲੋ ਉਹਨਾਂ ਚੋਲੋ। ਇਹਨੇ ਮਾਰੀਆਂ ਨੇ 12 ਗੜੀਆਂ, ਹਾਂਜੀ। ਆਪਾਂ ਤੁਹਾਨੂੰ ਪਤਾ ਚਵਾ ਕੇ ਦੇਈਦਾ ਵੀਰਾ ਭਰਾ ਨੂੰ, ਜਿਹੜਾ ਆਪਾਂ ਆਪਦੇ ਕਿੱਲੇ ਤੇ ਚਵਾ ਕੇ ਦੇਣਾ, ਕਿੰਨਾ ਚਵਾ ਕੇ ਦਿਓ ਭਾਜੀ? ਇਵੇਂ ਦੋ ਟਾਈਮ ਕੋਈ ਚੋ ਲਵੇ, ਹਾਂਜੀ, ਕੋਈ ਕਹਿ ਦਿੰਦਾ ਗਰਮ ਆ ਜਾਂ ਇੱਦਾਂ ਵਾ, ਭਾਜੀ 18 ਕਿਲੋ ਦੁੱਧ ਚੋ ਕੇ ਲੈ ਜਾ ਠੰਡਾ ਕਰ, ਆਹਦਾ ਠੀਕ ਐ ਸਵਾਰ ਕੇ ਝੱਗ ਮਾਰ ਕੇ ਕਰਕੇ ਓਕੇ ਕਰਕੇ, ਜੇ ਕੋਈ ਗਰਮ ਚੋਵੇ ਤਾਂ 20 ਚੋ ਲਵੇ, 20 22 24 ਚੋ ਲਵੇ, ਉਹ ਜਿਹੜਾ ਚੋਇਆ ਜੀ ਗਰਮ ਚੋਵੇ ਚੋ ਲਵੇ ਜੀ, ਬਿਸਮਿਲ੍ਲਾ ਤੇ ਠਾਰ ਕੇ ਠੰਡਾ ਠਾਰ ਕਰਕੇ 18 ਕਿਲੋ ਦੁੱਧ ਹੋਵੇ ਤਾਂ ਲੈ ਜਾਣਾ, ਮੈਂ ਘੱਟ ਦੱਸੀ ਇਹਨਾਂ ਦੁੱਧ ਜ਼ਿਆਦਾ ਹੋਊਗਾ ਇਨਸ਼ਾਅੱਲਾ, ਠੰਡਾ ਠਾਰ ਕਰਕੇ ਲੈਣਾ, ਮੈਂ ਘੱਟ ਇਸ ਵਾਸਤੇ ਦੱਸੀ ਇਹਨਾਂ ਕਿ ਮੈਂ ਗਾਂ ਦਾ ਮੁੱਲ ਹੀ ਮੁਨਾਸਬ ਕਰਨਾ, ਮੁਨਾਸਬ ਕਰਨਾ, ਬਿਲਕੁਲ, ਤਾਂ ਕਿ ਮੈਂ ਅਗਲੇ ਨੂੰ ਕਹਾਂ ਮੈਂ ਮੁੱਲ ਮੁਨਾਸਬ ਕਰਨਾ, ਵੱਧ ਦੇਵੇ ਉਹਦੀ ਕਿਸਮਤ, ਲੇਕਿਨ ਦੁੱਧ ਜ਼ਿਆਦਾ ਆਪਾਂ 18 ਕਿਲੋ ਲੋਏ ਤੋੜ ਚਵਾ ਕੇ ਦੇਣਾ, ਚਵਾ ਕੇ ਦੇਣਾ ਜੀ, ਠੀਕ ਹੋ ਗਿਆ ਜੀ, ਇੱਕ ਟਾਈਮ ਨਹੀਂ ਦੋ ਟਾਈਮ ਨਹੀਂ ਤਸੱਲੀ ਕਰਕੇ ਮੋਹਰ ਲਾ ਕੇ ਲੈ ਕੇ ਜਾਵੇ, ਬੜੀ ਗੱਲ ਹੈ ਜੀ, ਬੜੀ ਗੱਲ, ਨੁਕਸਾਨ ਹੋਇਆ ਤਾਂ ਅਗਲੇ ਦੇ ਘਰ ਦੀ ਗਰੰਟੀ ਆ, ਔਰ ਅੱਜ ਗਾਵਾਂ ਮਾਸ਼ਾਅੱਲਾ ਇਦਾਂ ਦੀਆਂ ਕਿ ਇਸ ਤੋਂ ਸਸਤੀਆਂ ਜਾਂ ਇਸ ਤੋਂ ਚੰਗੀਆਂ ਗਾਵਾਂ ਇਹਨਾਂ ਮੁੱਲਾਂ ਦੇ ਵਿੱਚ ਭਾਈ ਆਪਦ ਨਹੀਂ ਲਿਆ ਸਕਦਾ, ਨਹੀਂ ਲਿਆ ਸਕਦਾ, ਹਾਂਜੀ। ਔਰ ਵੀਰਾ ਭਰਾਵਾਂ ਮੈਂ ਦੱਸਦਾ ਜਾਵਾਂ, ਅੱਜ ਜੁਮੇ ਦਾ ਦਿਨ ਹੈ ਦੋਸਤੋ, ਅੱਜ ਜੁਮੇ ਦਾ ਦਿਨ, ਅੱਜ ਇਨਸ਼ਾਅੱਲਾ
ਤਿੰਨ ਚਾਰ ਵਜੇ ਵੀਡੀਓ ਲੱਗੇਗੀ ਇਨਸ਼ਾਅੱਲਾ ਸੁਬਾਹ ਜਿਹੜਾ ਮਰਜ਼ੀ ਵੀਰ ਭਰਾ ਕੇ ਇਸੇ ਟਾਈਮ ਤੇ ਚੁਆਈ ਲੈ ਜਿਹੜਾ ਮਰਜ਼ੀ ਮੇਰਾ ਭਰਾ ਕੇ ਚੁਆਈ ਲੈ ਲਵੇ ਫਿਰ ਨਾ ਮੁਤਮੇ ਨੂੰ ਕੱਲ ਸ਼ਾਮ ਨੂੰ ਫਿਰ ਕਰ ਲਵੇ ਹਾਂਜੀ ਇਹ ਕੁਛ ਹੀ ਕਰ ਸਕਦੇ ਹਾਂ ਭਾਜੀ ਭਾਈ ਆਬਦ ਜਿਹੜਾ ਨਾ ਆਪਣਾ ਕੀ ਸਾਡੇ ਨੇ ਰੇਟ ਕਰੋ ਪਿਆਰ ਮੁਹੱਬਤ ਭਾਜੀ ਰੇਟ ਤਾਂ ਉਹਨਾਂ ਦਾ ਇੱਕ ਹੀ ਆ ਜਿਨਸਾਂ ਜਾਤਾਂ ਨਸਲਾਂ ਭਰਾਵਾਂ ਦੇ ਸਾਹਮਣੇ ਛੋਟੀਆਂ ਨੀ ਵੱਡੀਆਂ ਗਾਵਾਂ ਮਾਸ਼ਾਅੱਲਾ ਰੇਟ ਤਾਂ ਉਹਨਾਂ ਦਾ ਇੱਕ ਹੀ ਆ 3,10,000 ਰੁਪਏ ਜਿਹਨੂੰ ਚੰਗੀ ਲੱਗੇ ਇਹ ਲੈ ਲਵੇ ਜਿਹਨੂੰ ਉਹ ਚੰਗੀ ਲੱਗੇ ਉਹ ਲੈ ਲਵੇ ਜਿਹਨੂੰ ਦੋਨੇ ਚੰਗੀਆਂ ਲੱਗਣ ਦੋਨੇ ਲੈ ਲਵੇ 3,10,000 ਰੁਪਇਆ ਇਸ ਗਾਂ ਦਾ ਪੈਕੇਜ ਆ ਅਗਰ ਕੋਈ ਮੱਛੀ ਦੇਣਾ ਚਾਹੇ 40,000 ਰੁਪਏ ਦੀ ਮੱਛੀ ਵੀ ਰੱਖ ਲਾਂਗੇ ਇਨਸ਼ਾਅੱਲਾ ਠੀਕ ਹੋ ਗਿਆ 40,000 ਦੀ ਮੱਛੀ ਰੱਖੋਗੇ 3,10,000 ਰੁਪਏ ਹਾਂਜੀ 18 ਲੀਟਰ 18 ਲੀਟਰ ਦੀ ਗਾਰੰਟੀ ਜੀ ਬਿਸਮਿਲ੍ਲਾ ਜੀ ਇਹਨਾਂ ਰੇਟਾਂ ਦੀ ਕੋਈ ਮਬਤਾ ਸ਼ੌਕਤਾਂ ਪਿਆਰ ਮੁਹੱਬਤ ਭਾਜੀ ਕਰਾਂਗੇ ਥੋੜਾ ਬਹੁਤ ਮੈਂ ਰੇਟ ਜ਼ਿਆਦਾ ਕਰਦਾ ਜੀ ਤੁਸੀਂ ਅੱਗੇ ਘੱਟ ਕਰਵਾਇਆ ਜੀ ਬਿਲਕੁਲ ਅਤੇ ਪਿਆਰ ਮੁਹੱਬਤ ਜ਼ਿਆਦਾ ਮੁਨਾਸਬ ਕਰਾਂਗੇ ਆਇਆ ਬੰਦਿਆਂ ਦੀ ਕੋਈ ਇਹਨਾਂ 'ਚ ਨੁਕਸਿਆ ਪਵੇ ਤਾਂ ਗਰੰਟੀ ਹੈ ਠੀਕ ਹੋ ਹਾਂਜੀ ਇਹ ਮੇਰਾ ਵੀਰਾਂ ਭਰਾਵਾਂ ਦੋਸਤਾਂ ਦੇਖ ਲਿਆ ਹਰ ਗੱਲਬਾਤ ਵੀਰਾਂ ਭਰਾਵਾਂ ਦੇ ਸਾਹਮਣੇ ਹੋ ਗਈ ਭਾਈ ਆਬਦ ਨਾਲ ਔਰ 3,10,000 ਰੁਪਇਆ ਭਾਈ ਆਬਦ ਨੇ ਰੇਟ ਕੀਤਾ ਇਹਨਾਂ ਰੇਟਾਂ 'ਚ ਜਿੰਨਾ ਹੋ ਸਕਿਆ ਵੀਰਾਂ ਭਰਾਵਾਂ ਵਾਸਤੇ ਕਮੀ ਪੇਸ਼ੀ ਕਰਾ ਕੇ ਦਿਆਗਾ ਔਰ ਬਾਕੀ ਵਹਿੜਾ ਵੇਖਣੀਆਂ ਨੇ ਇਹਨਾਂ ਦੀਆਂ ਨਸਲਾਂ ਜਾਤਾਂ ਵੇਖਣੀਆਂ ਨੇ ਗਾਵਾਂ ਦੀਆਂ ਤਸੱਲੀਆਂ ਕਰਨੀਆਂ ਨੇ ਔਰ ਭਾਈ ਆਬਦ ਨੇ ਇਹ ਵੀ ਕਿਹਾ ਕਿ ਜੇ ਕੋਈ ਵੱਛੀ ਰੱਖੇਦਾ ਤੇ 40,000 ਵੱਛੀ ਦਾ ਲੇਵਾ ਦੁਬਾਰਾ ਫਿਰ ਦਿਖਾਣਾ ਵੈੜਦਾ ਇਨਸ਼ਾਅੱਲਾ ਕਿ ਕਿਵੇਂ ਨਿਚੋੜਗੀ ਨਿਚੋੜਗੀ ਬਿਲਕੁਲ ਹਰ ਗੱਲ ਦੋਸਤਾਂ ਵੀਰਾਂ ਦੀ ਨਜ਼ਰ ਦੇ ਸਾਹਮਣੇ ਜਿਵੇਂ ਦੇ ਜਾਨਵਰ ਨੇ ਮੁੱਲ ਮੇਰਾ ਵੀਰਾ ਭਰਾਵਾਂ ਨੇ ਵੇਖ ਲੈਣਾ ਤੇ ਦੁੱਧ ਵੇਖ ਲੈਣਾ ਕਿ ਰੇਟ ਜ਼ਿਆਦਾ ਹੋਇਆ ਜਾਂ ਮਾਕੂਲ ਹੋਇਆ ਮੈਂ ਆਪਦੇ ਮੂੰਹ ਨਹੀਂ ਕਹਿੰਦਾ ਪਿਆ ਮੇਰੀ ਕਿਸੇ ਗੱਲ ਤੇ ਨਹੀਂ ਲੱਗਣਾ ਭਾਈ ਆਬਦ ਦੀ ਗੱਲ ਤੇ ਨਹੀਂ ਲੱਗਣਾ ਤਸੱਲੀਆਂ ਆਪ ਆ ਕੇ ਕਰਨਾ ਆਪ ਆ ਕੇ ਤਸੱਲੀਆਂ ਕਰਨਾ ਕੋਈ ਵੀਰ ਭਰਾ ਨੁਕਸੇ ਆਪ ਦੀ ਸਾਡੀ ਗਰੰਟੀ ਆ ਦੁੱਧਾਂ ਦੀਆਂ ਤਸੱਲੀਆਂ ਮੇਰੇ ਕੋਲੇ ਆ ਕੇ ਕਰ ਲੈ ਦੂਸਰਿਆਂ ਚੈਨਲਾਂ ਤੇ ਮੇਰੇ ਵੀਰਾਂ ਭਰਾਵਾਂ ਨੇ ਤਸੱਲੀਆਂ ਕਰ ਲੈਣੀਆਂ ਨੇ ਕਿ ਇਹਨਾਂ ਨਸਲਾਂ ਜਾਤਾਂ ਤੱਕ ਲੋਕ ਕੀ ਰੇਟ ਕੀਤੀ ਜਾਂਦੇ ਨੇ ਫਿਰ ਆਪਦੇ ਭਰਾ ਦੇ ਚੈਨਲ ਨੂੰ ਵੇਖਣਾ ਤੇ ਆਪ ਹੀ ਡਿਸਾਈਡ ਕਰਨਾ ਰੇਟ ਜ਼ਿਆਦਾ ਜਾਂ ਮਕੂਲ ਹੈ ਅਗਰ ਕਿਸੇ ਵੀਰ ਭਰਾ ਦੋਸਤ ਨੂੰ ਵੀਡੀਓ ਪਸੰਦ ਆਵੇ ਕੋਈ ਵੀਰ ਭਰਾ ਖਰੀਦਣਾ ਚਾਹੁੰਦਾ ਹੋਵੇ ਮੇਰਾ ਰਾਬਤਾ ਨੰਬਰ ਲੈ ਸਕਦਾ 0302-4029-6096 0302-4029-6096 ਇਹੀ ਦੋਸਤੋ ਮੇਰਾ ਵਟਸਐਪ ਨੰਬਰ ਹੈ ਇਹੀ ਦੋਸਤੋ ਮੇਰਾ ਰਾਬਤਾ ਨੰਬਰ ਹੈ ਉਮੀਦ ਕਰਨ ਕਿ ਮੇਰਾ ਦੋਸਤਾਂ ਨੂੰ ਅੱਜ ਵਾਲੀ ਵੀਡੀਓ ਪਸੰਦ ਆਈ ਹੋਵੇਗੀ ਔਰ ਅੱਜ ਦੀ ਵੀਡੀਓ ਨਾਲ ਆਪਣੇ ਮੇਜ਼ਬਾਨ ਮੁਹੰਮਦ ਨਾਜ਼ਮ ਦੇ ਇਜਾਜ਼ਤ ਅੱਲਾ ਨਿਗਹਬਾਨ ਪਾਕਿਸਤਾਨ ਜ਼ਿੰਦਾ